ਆਪ ਪਾਰਟੀ ਦੁਆਰਾ ਦਿੱਲੀ ਜਥੇ ਦੇ ਬਾਅਦ ਪੰਜਾਬ ਵਿੱਚ ਪਕੜ ਮਜ਼ਬੂਤ ਕਰਨ ਦੇ ਲਈ ਪਹਿਲੀ ਕੜੀ ਦੇ ਤਹਿਤ ਭਗਵੰਤ ਮਾਨ ਨੇ ਮਿਸ ਕਾਲ ਨੰਬਰ ਜਾਰੀ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮਹਿੰਗੀ ਬਿਜਲੀ ਅੰਦੋਲਨ ਨੂੰ ਲੈ ਕੇ ਸੰਘਰਸ਼ ਤੇਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮੌਕੇ 'ਤੇ ਭਗਵੰਤ ਮਾਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਪਾਰਟੀ ਵਿੱਚ ਚਰਚਾ ਨਹੀਂ ਹੋਈ ਹੈ, ਲੇਕਿਨ ਉਹ ਪਾਰਟੀ ਦੇ ਸੰਪਰਕ ਵਿੱਚ ਹਨ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਛੋਟੇ ਜਿਹੇ ਸੱਦੇ 'ਤੇ ਤੁਸੀਂ ਇੱਥੇ ਪਹੁੰਚੇ ਹੋ, ਬਹੁਤ ਬਹੁਤ ਤੁਹਾਡਾ ਧੰਨਵਾਦ। ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਦਿੱਲੀ ਦੇ ਵਿੱਚ ਹੋਈ ਹੈ ਉਹ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਖੁਸ਼ੀ ਦਾ ਮਾਹੌਲ ਇਸ ਕਰਕੇ ਹੈ ਕਿ ਵਿਕਾਸ ਦੇ ਕੰਮਾਂ ਦੀ ਰਾਜਨੀਤੀ ਜਿੱਤੀ ਹੈ। ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦੀ ਵਧੀਆ ਸਿੱਖਿਆ ਜਿੱਤੀ ਹੈ। ਦਿੱਲੀ ਦੇ ਵਿੱਚ ਮੁਹੱਲਾ ਕਲੀਨਿਕ, ਦਿੱਲੀ ਦੇ ਵਿੱਚ ਫ੍ਰੀ ਇਲਾਜ, ਫ੍ਰੀ ਦਵਾਈਆਂ, ਫ੍ਰੀ ਟੈਸਟ, ਹੈਲਥ ਫੈਸਿਲਿਟੀਜ਼ ਜਿੱਤੀਆਂ ਨੇ। ਦਿੱਲੀ ਦੇ ਵਿੱਚ CCTV ਕੈਮਰਿਆਂ ਦੀ ਜਿੱਤ ਹੋਈ ਹੈ। ਦਿੱਲੀ ਦੇ ਵਿੱਚ ਆਲਮੋਸਟ ਲਗਭਗ ਫ੍ਰੀ 32 ਲੱਖ ਘਰਾਂ ਤਾਂ ਬਿਜਲੀ ਬਿੱਲ ਹੀ ਨਹੀਂ ਆਇਆ, ਜ਼ੀਰੋ ਬਿੱਲ ਹੈ। ਸਸਤੀ ਬਿਜਲੀ ਜਿੱਤੀ ਹੈ, ਫ੍ਰੀ ਪਾਣੀ ਜਿੱਤਿਆ, ਔਰਤਾਂ ਦੀ ਸੁਰੱਖਿਆ ਜਿੱਤੀ ਹੈ। ਦਿੱਲੀ ਦੇ ਵਿੱਚ ਲੋਕ ਜਿੱਤੇ ਨੇ, ਦੇਸ਼ ਦੇ ਲੋਕ ਜਿੱਤੇ ਨੇ, ਸੋ ਲੋਕਾਂ ਦੀ ਜਿੱਤ ਹੋਈ ਹੈ। ਇਸ ਕਰਕੇ ਮੈਂ ਜਿੰਨੇ ਵੀ ਪੰਜਾਬ ਤੋਂ ਵੀ ਬਹੁਤ ਸਾਰੇ ਵਲੰਟੀਅਰ ਜਿਹੜੇ ਨੇ ਉੱਥੇ ਕੰਮ ਕਰਨ ਗਏ ਸੀ, ਜਿਹੜੇ ਨਹੀਂ ਵੀ ਗਏ ਉਹ ਇੱਥੇ ਕਿਤੇ ਕਿਸੇ ਤਰੀਕੇ ਨਾਲ ਹੈਲਪ ਕਰ ਰਹੇ ਸੀ, ਸੁਰਾਂ ਤੁਹਾਡੇ ਜ਼ਰੀਏ ਮੈਂ ਉਹਨਾਂ ਦਾ ਧੰਨਵਾਦ ਕਰਦਾ। ਅਤੇ ਕੰਮ ਦੀ ਰਾਜਨੀਤੀ ਦੇ ਸਹਾਰੇ ਆਮ ਆਦਮੀ ਪਾਰਟੀ ਇਹ ਜਿਹੜਾ ਮੈਸੇਜ ਹੈ ਪੂਰੇ ਦੇਸ਼ ਦੇ ਵਿੱਚ ਲੈ ਕੇ ਜਾਊਗੀ। ਸੋ ਕੇਜਰੀਵਾਲ ਜੀ ਦੇ ਜਿਹੜਾ ਵਿਕਾਸ ਦਾ ਮਾਡਲ ਹੈ, ਜਿਹੜਾ ਘਰ ਘਰ ਲਈ ਵਰਦਾਨ ਬਣ ਗਿਆ ਦਿੱਲੀ ਦੇ ਵਿੱਚ, ਉਹਨੂੰ ਅਸੀਂ ਦੇਸ਼ ਦੇ ਹਰ ਘਰ ਤੱਕ ਪਹੁੰਚਾਵਾਂਗੇ। ਉਸੇ ਰਣਨੀਤੀ ਤਹਿਤ ਇੱਕ ਫੋਨ ਨੰਬਰ ਜਿਹੜਾ ਉਹ ਦਿੱਤਾ ਜਾ ਰਿਹਾ ਪੂਰੇ ਦੇਸ਼ 'ਚ ਮਿਸ ਕਾਲ ਮਾਰਨ ਵਾਸਤੇ, ਕਿ ਦੇਸ਼ ਨੂੰ ਬਣਾਉਣ ਲਈ, ਦੇਸ਼ ਨੂੰ ਬਣਾਉਣ ਲਈ ਇਹਦੇ ਨਾਲ ਨੰਬਰ ਜਿਹੜਾ ਉਹ ਹੈਗਾ 9871010101, ਯਾਨੀ ਕਿ 98 ਹੈਗਾ ਜੀ 9871010, ਮੈਂ 5-5 ਦੀਆਂ ਕੁਸ਼ਚਨ ਬੋਲ ਦੇਣਾ, 9871010101। ਸੋ 9871010101 ਅੱਜ ਅਸੀਂ ਪੰਜਾਬ ਦੇ ਵਿੱਚ ਇਹ ਲਾਂਚ ਕਰ ਰਹੇ ਹਾਂ ਇਹ ਮੁਹਿੰਮ ਨੂੰ। ਇਹਦੇ ਇੰਨਾ ਜ਼ਿਆਦਾ ਤੇਜ਼ੀ ਨਾਲ ਇਸ ਫੋਨ 'ਤੇ ਜਦੋਂ ਕੰਮ ਹੋਇਆ ਕਿ ਦਿੱਲੀ ਦੇ ਵਿੱਚ, ਕਿਉਂਕਿ ਲਾਂਚ ਹੋ ਗਿਆ ਸੀਗਾ, 24 ਘੰਟਿਆਂ 'ਚ 11 ਲੱਖ ਮਿਸ ਕਾਲਾਂ ਆ ਗਈਆਂ ਪੂਰੇ ਦੇਸ਼ 'ਚੋਂ। ਇੱਥੋਂ ਇਹ ਸਿੱਧ ਹੁੰਦਾ ਕਿ ਲੋਕ ਧਰਮ ਦੀ, ਜਾਤ ਪਾਤ ਦੀ ਜਾਂ ਫਿਰ ਫਿਰਕਾ ਪ੍ਰਸਤੀ ਦੀ, ਨਫ਼ਰਤ ਦੀ ਰਾਜਨੀਤੀ ਤੋਂ ਲੋਕ ਤੰਗ ਨੇ, ਅਤੇ ਲੋਕ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ, ਵਧੀਆ ਦੇਸ਼ ਦੇ ਨਿਰਮਾਣ ਲਈ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਰਾਜਨੀਤੀ ਜਿਹੜੀ ਉਹ 'ਤੇ ਮੋਹਰ ਲਾਉਂਦੇ ਨੇ। ਸੋ ਇਸੇ ਕਰਕੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਇਸ ਨੰਬਰ 'ਤੇ ਮਿਸ ਕਾਲ ਕਰਕੇ ਸਾਡੇ ਨਾਲ ਜੁੜਨ, ਤਾਂ ਕਿ ਆਪਾਂ, ਕਿਉਂਕਿ ਪੰਜਾਬ ਵੀ ਦੇਸ਼ ਦਾ ਹੀ ਹਿੱਸਾ, ਸੋ ਪੰਜਾਬ ਨਿਰਮਾਣ ਲਈ ਆਪਾਂ ਇੱਥੇ ਕੰਮ ਕਰੀਏ ਅਤੇ ਪੂਰੇ ਦੇਸ਼ ਦੇ ਵਿੱਚ ਜਿਹੜੀ ਪਾਰਟੀ ਉਹ ਜਾਊਗੀ। BJP ਦਾ ਨਾਰਾ ਸੀ ਦੇਸ਼ ਬਦਲੋ, ਦੇਸ਼ ਬਦਲਾ ਆਪ ਦਿੱਲੀ ਬਦਲੋ। ਪਹਿਲੀ ਗੱਲ ਤਾਂ ਮੈਨੂੰ ਸਮਝ ਗਈ ਕਿ ਉਹ ਦਿੱਲੀ ਨੂੰ ਦੇਸ਼ ਦਾ ਹਿੱਸਾ ਨਹੀਂ ਮੰਨਦੇ ਸੀ। ਨੰਬਰ 2 ਤੇ ਉਹ ਕਹਿੰਦੇ ਸੀ ਦੇਸ਼ ਬਦਲਾ ਅਬ ਦਿੱਲੀ ਬਦਲੋ, ਅਤੇ ਅਸੀਂ ਕਹਿੰਦੇ ਸੀ ਦਿੱਲੀ ਅਬ ਦੇਸ਼ ਬਦਲੇਗੀ। ਸੋ ਰਾਜਧਾਨੀ ਤੋਂ ਇਸ ਤਰ੍ਹਾਂ ਦਾ ਮੈਸੇਜ ਆਉਣਾ, ਕਿਉਂਕਿ ਦਿੱਲੀ ਦੇ ਵਿੱਚ ਹਰੇਕ ਸਟੇਟ ਤੋਂ, ਪੂਰੇ ਦੇਸ਼ ਤੋਂ ਆ ਕੇ ਲੋਕ ਰਹਿੰਦੇ ਨੇ, ਪੰਜਾਬੀ ਵੀ ਨੇ, ਗੁਜਰਾਤੀ ਵੀ ਨੇ, ਤਮਿਲ ਵੀ ਨੇ, ਉੱਥੇ ਬੰਗਾਲੀ ਵੀ ਨੇ, ਉੱਥੇ UP ਤੋਂ ਵੀ ਨੇ ਲੋਕ, ਉੱਥੇ ਉੱਤਰਾਖੰਡ ਤੋਂ, ਕਸ਼ਮੀਰ ਤੋਂ, ਸਾਰੇ ਮੁਲਕ ਤੋਂ ਲੋਕ ਦਿੱਲੀ ਦੇ ਵਿੱਚ ਰਹਿੰਦੇ ਨੇ। ਸੋ ਇਹਦਾ ਮਤਲਬ ਉਹਨਾਂ ਲੋਕਾਂ ਨੇ ਜੋ ਮੈਸੇਜ ਦਿੱਤਾ ਉਹਨਾਂ ਨੂੰ ਅਸੀਂ ਹੁਣ ਘਰ ਘਰ ਪਹੁੰਚਾਵਾਂਗੇ।